ਅਤੇ ਮੈਂ ਵੀ ਪੂਰਾ ਘੈਂਟ ਹਾਂ। ਅਤੇ ਆਪਾਂ ਅੱਜ ਦਾ ਨਵਾਂ ਵਲੋਗ ਦੁਬਾਰਾ ਤੋਂ ਸਟਾਰਟ ਕਰਨ ਲੱਗੇ ਹਾਂ, ਅਤੇ ਇਸ ਨਵੇਂ ਵਲੋਗ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਆ। ਅਤੇ ਬਾਕੀ ਗੱਲ ਕਰੀਏ ਕੱਲ੍ਹ ਦੀ, ਕੱਲ੍ਹ ਦਾ ਵਲੋਗ ਆਪਾਂ ਸਟਾਰਟ ਨਹੀਂ ਕੀਤਾ, ਕੱਲ੍ਹ ਦਾ ਵਲੋਗ ਨਹੀਂ ਬਣਾਇਆ। ਹਾਂ ਯਾਰ, ਥੋੜ੍ਹਾ ਬਿਮਾਰ ਹੋ ਗਏ ਸੀ, ਸਿਰ ਵਗੈਰਾ ਹੈਡਇਕ ਵਗੈਰਾ ਬਹੁਤ ਜ਼ਿਆਦਾ ਹੋ ਰਿਹਾ ਸੀਗਾ, ਅਤੇ ਕੱਲ੍ਹ ਵੀ ਅਤੇ ਅੱਜ ਸਵੇਰੇ ਵੀ ਥੋੜ੍ਹਾ ਜਿਹਾ ਹੋ ਗਿਆ ਸੀ। ਇਸ ਕਰਕੇ ਮੈਂ ਅੱਜ ਸ਼ਾਮੀ ਬਣਾਉਣ ਲੱਗਿਆ ਵਲੋਗ। ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਅੱਜ ਸ਼ਾਮੀ ਦਾ ਵਲੋਗ ਬਣਾਉਂਦੇ ਹਾਂ। ਅਤੇ ਚਲੋ ਕੋਈ ਗੱਲ ਨਹੀਂ, ਨਹੀਂ ਬਣਿਆ ਕੋਈ ਗੱਲ ਨਹੀਂ, ਹੁਣ ਬੀਤੇ ਸਮੇਂ ਤੋਂ ਕੁਛ ਕਹਿ ਨਹੀਂ ਸਕਦੇ। ਅਤੇ ਬਾਕੀ ਅੱਗੇ ਦੀ ਗੱਲ ਕਰੀਏ, ਅੱਜ ਦੇ ਵਲੋਗ ਦੀ ਗੱਲ ਕਰੀਏ ਤਾਂ ਅੱਜ ਦਾ ਵਲੋਗ ਆਪਾਂ ਬਣਾਉਂਦੇ ਹਾਂ। ਠੀਕ ਹੈ ਜੀ, ਫਾਈਨਲੀ ਹੁਣ ਆਪਾਂ ਰੈਡੀ ਹੁੰਦੇ ਹਾਂ, ਕਿਉਂਕਿ ਆਪਾਂ ਨੂੰ ਫੋਨ ਆਇਆ ਵਾ ਵੀਰੇ ਦਾ। ਅਤੇ ਜਿਹੜੇ ਵੀਰੇ ਦਾ ਫੋਨ ਆਇਆ ਉਹ ਵੀ ਯੂਟਿਊਬ ਵਲੋਗਿੰਗ ਕਰਦੇ ਨੇ, ਗਗਨ ਵੀਰਾ ਵਾ, ਅਤੇ ਨਾਮ ਗਗਨ ਆ ਵੀਰੇ ਦਾ। ਅਤੇ ਬਾਕੀ ਹੁਣ ਗੱਲ ਕਰੀਏ ਤਾਂ ਆਪਾਂ ਹੁਣ ਰੈਡੀ ਹੁੰਦੇ ਹਾਂ, ਅਤੇ ਰੈਡੀ ਹੋ ਕੇ ਤੁਹਾਨੂੰ ਮਿਲਦੇ ਹਾਂ, ਅਤੇ ਫਿਰ ਆਪਾਂ ਜਾਣਾ ਵਾ, ਚੱਲਦੇ ਹਾਂ ਉਹਦੇ ਕੋਲ, ਅਤੇ ਫਿਰ ਦੇਖਦੇ ਹਾਂ ਕੀ ਕਰਨਾ। ਫਾਈਨਲੀ ਹੁਣ ਆਪਾਂ ਰੈਡੀ ਹੋ ਚੁੱਕੇ ਹਾਂ, ਅਤੇ ਆਇਓ ਆਪਾਂ ਚੱਲਦੇ ਹਾਂ। ਅਤੇ ਫਾਈਨਲੀ ਵੀਰੇ ਦਾ ਵੀ ਫੋਨ ਆ ਚੁੱਕਿਆ ਵਾ, ਅਤੇ ਹੁਣ ਆਪਾਂ ਚੱਲੀਏ, ਅਤੇ ਚਲੋ ਮਿਲਦੇ ਹੀ ਹੁਣ ਉੱਥੇ ਜਾ ਕੇ। ਫਾਈਨਲੀ ਪਹੁੰਚ ਗਏ ਹਾਂ, ਅਤੇ ਆਪਣੇ ਨਾਲ ਹੈਗਾ ਗਗਨ ਵੀਰਾ, ਹੈਗਾ ਜਸ਼ਨ ਆ, ਅਤੇ ਬੁਲਾਉਂਦੇ ਹਾਂ ਤੁਹਾਨੂੰ। ਆਹ ਆਪਣਾ ਗਗਨ ਬਾਈ, ਅਤੇ ਆਹ ਹੈਗਾ ਜਸ਼ਨ। ਫਾਈਨਲੀ ਹੁਣ ਜਿੱਦਾਂ ਕਿ ਤੁਹਾਨੂੰ ਪਤਾ ਅਸੀਂ ਪਹੁੰਚ ਚੁੱਕੇ ਹਾਂ, ਅਤੇ ਆਪਣੇ ਨਾਲ ਹੈਗਾ ਪ੍ਰਭੂ ਵੀਰਾ ਹੈਗਾ ਵਾ, ਅਤੇ ਗਗਨ ਆ, ਗਗਨ ਵੀਰਾ ਹੈਗਾ, ਅਤੇ ਆਪਣੇ ਨਾਲ ਹੈਗਾ ਜਸ਼ਨ, ਅਤੇ ਇੱਕ ਹੈਗਾ ਮੈਂ, ਇੱਕ ਦੋ ਵੀਰੇ ਹੋਣੇ ਹੋਰ ਹੈਗੇ ਆ। ਅਤੇ ਬਾਕੀ ਗੱਲ ਕਰੀਏ ਅੱਗੇ ਦੀ, ਅੱਜ ਆਪਾਂ ਵੀਰੇ ਹੁਣਾਂ ਨੇ ਮੈਨੂੰ ਬੁਲਾਇਆ ਸੀਗਾ, ਵੀਰੇ ਹੁਣ ਕਹਿੰਦੇ ਸੀਗੇ ਵੀ ਆਪਾਂ ਇੱਕ ਚੈਲੇਂਜ ਕਰਨਾ ਵਾ, ਕੈਂਡਲ ਬਲਾਇੰਗ ਚੈਲੇਂਜ ਆ, ਅਤੇ ਆਪਾਂ ਪੁੱਛਦੇ ਹਾਂ ਵੀ ਇਹ ਚੈਲੇਂਜ ਕਿੱਦਾਂ ਦਾ ਹੋਊਗਾ। ਅਤੇ ਬਾਕੀ ਅੱਗੇ ਵੀਡੀਓ ਨਾਲ ਬਣੇ ਰਹੋ, ਅਤੇ ਇਹ ਚੈਲੇਂਜ ਅੱਜ ਦਾ ਆਪਣਾ ਬਹੁਤ ਘੈਂਟ ਹੋਣ ਵਾਲਾ ਆ, ਅਤੇ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ, ਸਕਿੱਪ ਨਾ ਕਰਿਓ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਮੇਰੇ ਵੀਰ ਭਰਾ ਨਵੇਂ ਨੇ। ਅਤੇ ਸੈੱਟ ਬੁਲਾ ਰਹੇ ਹਾਂ ਆਪਾਂ ਵੀਰੇ, ਦੱਸਿਓ ਵੀ ਕੀ ਚੈਲੇਂਜ ਆ। ਹਾਂਜੀ, ਅੱਜ ਆਪਾਂ ਕਰਨ ਲੱਗੇ ਹਾਂ ਜੀ ਦਾ ਬਲੋ ਦਾ ਕੈਂਡਲ ਚੈਲੇਂਜ। ਬਹੁਤ ਇੰਟਰਸਟਿੰਗ ਚੈਲੇਂਜ ਆ, ਬਹੁਤ ਫਨ ਹੈ, ਅਤੇ ਚੈਲੇਂਜ ਦੀ ਵੀਡੀਓ ਵੀ ਇਹਦੇ ਵਿੱਚ ਖਾਣੀਆਂ ਪੀਣੀਆਂ, ਗ੍ਰੀਨ ਚਿਲੀਸ, ਸੋਇਆ ਸੋਸ, ਬਹੁਤ ਕੁਛ ਇੰਟਰਸਟਿੰਗ ਆ। ਤੁਸੀਂ ਵਲੋਗ 'ਚ ਦੇਖੋ, ਇਹ ਵਲੋਗ ਵਧੀਆ ਲੱਗੇ ਲਾਈਕ ਸ਼ੇਅਰ ਐਂਡ ਕਮੈਂਟ ਕਰ, ਅਤੇ ਸਕਿੱਪ ਨਾ ਕਰਿਓ ਵਲੋਗ ਨੂੰ, ਅਤੇ ਐਂਡ ਤੱਕ ਲੱਗੇ ਰਹੋ। ਹਾਂਜੀ ਗਾਇਜ਼, ਫਾਈਨਲੀ ਆਪਣੇ ਕੋਲ ਜਿੰਨਾ ਵੀ ਸੈਟਅਪ ਸੁਟਅਪ ਲਗਾਉਣ ਵਾਲਾ ਸੀਗਾ ਉਹ ਸਾਰਾ ਹੋ ਚੁੱਕਿਆ ਵਾ, ਅਤੇ ਅੱਜ ਤੁਹਾਨੂੰ ਦਿਖਾਉਂਦੇ ਹਾਂ ਸੈਟਅਪ ਕੀ ਲੱਗਿਆ ਵਾ, ਅਤੇ ਫਾਈਨਲੀ ਆਪਣਾ ਚੈਲੇਂਜ ਆਪਾਂ ਸ਼ੁਰੂ ਕਰਦੇ ਹਾਂ। ਆਪਣਾ ਸਾਰਾ ਚੈਲੇਂਜ ਜੋ ਵੀ ਕਰਨ ਵਾਲਾ ਵਾ, ਅਤੇ ਆ ਸਿਟਿੰਗ ਪੋਜੀਸ਼ਨ ਆਪਣੀ, ਅਤੇ ਆ ਸਾਰੇ ਵੀਰੇ ਆਪਣੇ ਆਪਣੇ, ਅਤੇ ਜਸ਼ਨ, ਅਮਨ। ਫਾਈਨਲੀ ਆਪਣਾ ਟਾਸਕ ਜੋ ਵੀ ਆ ਸੈਟਅਪ ਹੋ ਚੁੱਕਿਆ ਵਾ, ਅੱਜ ਤੁਹਾਨੂੰ ਦਿਖਾਉਂਦੇ ਹਾਂ। ਵੀਰੇ ਹੁਣਾਂ ਦਾ ਬਗਾਟਾ ਸ਼ੁਰੂ ਹੋਣ ਲੱਗਿਆ ਵਾ, ਅਮਨ ਅਮਨ ਨਿਕਲ ਗਿਆ, ਅਤੇ ਕੌਣ ਹੈ ਇਹ ਲੋਕ, ਕਹਾਂ ਸੇ ਆਤੇ ਹੈ? ਹੁਣ ਆਪਾਂ ਜਲਾਉਂਦੇ ਹਾਂ ਕੈਂਡਲਸ, ਠੀਕ ਹੈ, ਸ਼ੋ ਕਰਦੇ ਹਾਂ ਪਰ ਕਾਲ ਦੇ ਉੱਥੇ ਜਿਹੜਾ ਕਹਿ ਰਹੇ ਕੋਈ ਕਰਨਾ ਪੈਣਾ, ਠੀਕ ਆ, ਤੇ ਮੈਨੂੰ ਇਹਦੇ ਦੇ ਜੇ ਬੈਠੇ ਆ ਤੂੰ ਵਿਚੋ 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 ਇੱਥੋਂ ਤਾਂ ਠੀਕ ਆ, ਉਰੀ ਬਣ ਦੇਗੇ ਆ ਰਿਹਾ ਪੂਰਾ ਫਰੇਮ ਆ ਰਿਹਾ, ਸੋਰੀ 1 2 3 ਸੈਕਿੰਡ ਟਾਈਮ ਅਟੈਂਪਟ ਕਰਨ ਲੱਗਿਆ ਪ੍ਰਭਵੀਰਾ, 2 3 ਕੋਲਡ ਡਰਿੰਕ ਦਿੱਤੀ ਪ੍ਰਭ ਨੇ, ਉਹ ਬੋਲੇ 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 ਕਿਆ
डर के आगे जीत है, पहले गल कोक है, डर के आगे पहले कोक है। नहीं कल नहीं मिले सारी ऐसी लपेटनी है वो देख रहा है बच्चे जी लपेट में करना पड़ेगा वो पहले बता रहे कोक रख दी कटा दिया तेरा पन रख दे रहे ना रख दिए फिर रख दिए बढ़िया बात सीन बढ़िया है चीज़ है ऐसी रख लो इसलिए बस नहीं नहीं वो कैमरे चीज़ है वो एक वो मैं तो पूरा पढ़ा रही हूँ ना बहुत सारे चल पी फिर लो जी प्रभ पीन लगा कोल्ड ड्रिंक इस तो बाद आपां ताजी ताजी व्हिप्ड क्रीम ताजी ताजी व्हिप्ड क्रीम मेरे मुंह ते मारांगे आ हा 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 आर यू रेडी ठीक है थोड़ी बता रही है थोड़ी बता रही है चलो निकल मार दिया मैंने यस पूरा तैयार है प्रेम यस क्या बात है। हाँ जी जिदा कि तुम देखा ही है बाकी ये जिहड़ा चैलेंज है ये दो टाइम अटैम्प्ट करना हुंदा वा ते पहली टाइम अटैम्प्ट किया उस तो बाद मेरे ने दूसरा टाइम अटैम्प्ट किया वा ते उहदे च जिहड़ा फस्ट टाइम कि कहने क्रीम तक आया सैकेंड टाइम जिहड़ा आया अटैम्प्ट वो आया वा कोक तक ते इस करके दोनों चीज़ां लगाइया ने दो एक चीज़ पीती ते एक चीज़ उन्होंने फेस ते लगाई बारी आ चुकी है हुण देखदे आ की बनदा ओदे मेरा दिल के विच दब्बी जाना यार मारा लगदा धड़कन जिहड़ा हैगा वन टू बोलो यार वन टू थ्री स्टार्ट ओ ओ मिर्चा खानी पैनिया मेरे नूं दोबारा सेकंड अटेम्प्ट खट्टी सी थोड़ी जी कौड़ी सी जिदे करके काफी ज्यादा खांसी आ रही सी वीरे नू पी के नाल दी नाल ही कहने वीरे ने दो मिर्चा खानिया सी जिदे करके बहुत ज्यादा इरिटेशन होगी सो वो तुसी अगे ब्लॉग्स देखो सिरके च सिरका कोड़ा नहीं होंदा वैसे कोल आओ पूड़ियां खानिया एक खा लेना नहीं नहीं दो 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 मिर्चा एक होर लाल जी दे दे जी धोती होईयां कि नहीं कोई नहीं ओदा भी मिर्ची लगनी है ओदा भी मिर्च लगनी है जिंदा हूं
ਭਾਈ ਟਾਈਮ ਨੋਟ ਕਰੋ ਯਾਰ 30 ਘੰਟੇ ਦਾ ਮੈਂ ਕਰ ਰਿਹਾ ਨੋਟ ਪੂਰੇ 2 ਮਿੰਟ ਹੋ ਗਏ ਮੈਂ ਕਰਦਾ ਦੋ ਪੰਗਾ ਹੀ ਬਾਣਾ ਵੱਡਾ ਵਾ ਪੰਗਾ ਬਾਣਾ ਵੱਡਾ ਲੱਗ ਰਿਹਾ ਕ੍ਰੀਮ ਤੱਕ ਲਾਏ ਨੇ ਦਾ ਮੂੰਹ ਦੇ ਯਾਰ ਕ੍ਰੀਮ ਤੱਕ ਲਾਏ ਨੇ ਹੋਰ ਯਾਰ ਹੁਣ ਕ੍ਰੀਮ ਤੱਕ ਲਾਏ ਦੇ ਪਰ ਉਹਨਾਂ ਦੇ ਜੀਵ ਦਾ ਮਾਰ ਲੈਂਦੇ ਮੂੰਹ ਬੱਤੀ ਹੁਣ ਆਪਾਂ ਥਰਡ ਪਗਾਟਾ ਕਰਨ ਲੱਗੇ ਆ ਦੇਖਦੇ ਆ ਹੁਣ ਕਿਹੜਾ ਫਸਦਾ ਕਿਹੜਾ ਬਣਦਾ ਬਲੀ ਦਾ ਬੱਕਰਾ ਤਾਂ ਹੁਣ ਥਰਡ ਪਗਾਟਾ ਕਰਦੇ ਆ ਆ ਜਾਓ ਪਛਤਾ ਰਿਹਾ ਵਾ ਇਹ ਕੰਮ ਕਰਕੇ ਮੂੰਹ ਜੋ ਮੈਂ ਜਾਈ ਜਵਾਲ ਕਿੱਦਾਂ ਫੀਲ ਹੋ ਰਿਹਾ ਵਾ ਤੇ ਦੱਸੋ ਵੀਰੇ ਯਾਰ ਬਹੁਤ ਗਲਾ ਬਹਿ ਗਿਆ ਗਲਾ ਜ਼ਿਆਦਾ ਹੀ ਬਹਿ ਗਿਆ ਜ਼ਬਰਦਸਤ ਫੀਲ ਹੋ ਰਿਹਾ ਵਾ ਪੇਟ 'ਚ ਪੂਰੀ ਐਨ ਅੱਗ ਵਗੀ ਪਈ ਆ ਕੰਨਾਂ 'ਚ ਪੂਰੀ ਐਨ ਧੂੰਆਂ ਨਿਕਲਦਾ ਪਿਆ ਮਿਰਚਾਂ ਮੈਂ ਸਗੋਂ ਭਾਈ ਨੂੰ ਕਹਿੰਦੀ ਮਿੱਠੀਆਂ ਦੀ ਮੈਂ 10 ਰੁਪਏ ਵੱਧ ਦਿੱਤੇ ਨੇ ਉਹਨੂੰ ਮੈਂ ਮਿੱਠੀਆਂ ਮਿਰਚਾਂ ਉਹਨੇ ਜ਼ਿਆਦਾ ਹੀ ਕੌੜੀਆਂ ਦੇ ਦਿੱਤੀਆਂ ਕੌੜੀਆਂ ਦੇ ਦਿੱਤੀਆਂ ਡਾਲੋ ਉਹਨੇ ਚਲੋ ਨਾ ਭੁੱਗ ਦਾ ਪਟਾਕਾ ਕਰਦੇ ਆ ਹੁਣ ਆਪਾਂ ਹੁਣ ਥਰਡ ਭੁੱਗ ਦਾ ਪਟਾਕਾ ਕਰੀਏ ਤੇ ਓ ਜੱਟਣ ਦੀ ਵਾਰੀ ਸਾਡੀ ਤਾਂ ਹੋਈ ਵਾਰੀ ਲੋਈ ਹੁਣ ਹੈ ਕਿ ਜਸ਼ਨ ਦੀ ਵਾਰੀ ਤੇ ਸਟਾਰਟ ਰੈਡੀ ਆ ਚੱਲ 1 2 3 ਵਾਹ ਵਾਓ ਹੁਣ ਕੋਈ ਵੀ ਨੈਕਸਟ ਚੈਲੰਜ ਹੁਣ ਆਪਾਂ ਕਰਨ ਲੱਗੇ ਆ ਸਹੀ ਬਣ ਫਸਟ ਚੈਲੰਜ ਸੀਗਾ ਉਹਦਾ ਕਰੀਮ ਵਾਲਾ ਤੇ ਸੈਕਿੰਡ ਚੈਲੰਜ ਹੈਗਾ ਡੇਅਰ ਆ ਤੇ ਉਹਦਾ ਉਹਦੇ ਚ ਆਪਾਂ ਡਾਇਲੋਗ ਬਣਾਉਣਾ ਵਾ ਤੇ ਉਹ ਆਪਾਂ ਹੁਣ ਕਰਾਉਂਦੇ ਆ ਇੱਕ ਚੁਟਕੀ ਸੰਦੂਰ ਕੀ ਕੀਮਤ ਤੁਮ ਕਿਆ ਜਾਣੋ ਗਗਨ ਵਾਲਾ ਰੈਡੀ ਸਟੱਡੀ ਸਟਾਰਟ ਯਾਰ ਕਰ ਲੋ ਦੁਬਾਰਾ ਉਹ ਕਰ ਲੋ ਯਾਰ ਹੱਥ ਨਹੀਂ ਕਰਨਾ ਹੈਗਾ ਬਸ ਠੀਕ ਹੈ ਠੀਕ ਹੈ ਠੀਕ ਹੈ ਤੇਰੀ ਵਾਰੀ ਚੱਲ ਬੈਠ ਜੇ ਤੀ ਹੁਣ ਵੀਰਾ ਖਾਣ ਲੱਗਿਆ ਵੀਰਾ ਕਹਿੰਦਾ ਮੈਂ ਖਾਣੀ ਆ ਸੋ ਤੂੰ ਕੀ ਕਰਨੀ ਆ ਤੂੰ ਕੀ ਕਰਨੀ ਤੇਰੇ ਮੂੰਹ ਤੇ ਲਾਣੀ ਆ ਓ ਯਾਰ ਫਾਈਨਲੀ ਵਲੌਗ 'ਚ ਬਹੁਤ ਹੀ ਮਜ਼ਾ ਆਇਆ ਵਾ ਅਤੇ ਅੱਜ ਦੇ ਅਤੇ ਮੈਨੂੰ ਲੱਗਿਆ ਵੀਰੇ ਹੁਣੇ ਖਾਣ ਲੱਗੇ ਆ ਕਰੀਮ ਅਤੇ ਉਹਨਾਂ ਨੇ ਮੇਰੇ ਨਾਲ ਹੀ ਕਲੋਲ ਕਰਤੀ ਮੇਰੇ 'ਤੇ ਹੀ ਪਾਤੀ ਅਤੇ ਉਹਦੇ ਹੁਣ ਅਸੀਂ ਉਹਨਾਂ ਨੂੰ ਲਵੇੜਤਾ ਅਰੇ ਨਿਕਲਦੀ ਨਹੀਂ ਫਾਈਨਲੀ ਆਪਣਾ ਵਲੌਗ ਅੱਜ ਦਾ ਹੋ ਚੁੱਕਿਆ ਐਂਡ ਅਤੇ ਆਪਾਂ ਆਪਣਾ ਵਲੌਗ ਐਂਡ ਕਰਨ ਲੱਗਿਆ ਅਤੇ ਆ ਰਿਹਾ ਅਮਨ ਅਤੇ ਅਮਨ ਨਾਲ ਵੀ ਅੱਜ ਬਹੁਤ ਮਾੜੀ ਹੋ ਗਈ ਕੀ ਕਰ ਸਕਦੇ ਅਤੇ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਵਲੌਗ ਵਧੀਆ ਲੱਗਿਆ ਹੋਵੇ ਜੇ ਵਲੌਗ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਆਪਾਂ ਇੱਧਰ ਘੈਂਟ ਘੈਂਟ ਵਲੌਗ ਲੈ ਕੇ ਮਿਲਦੇ ਰਹਾਂਗੇ ਅਤੇ ਵੱਧ ਤੋਂ ਵੱਧ ਪਿਆਰ ਦਿਓ ਆਪਣੇ ਚੈਨਲ 'ਤੇ ਅਤੇ ਹੁਣ ਆਪਾਂ ਮਿਲਦੇ ਜੀ ਆਪਣੇ ਨੈਕਸਟ ਵਲੌਗ 'ਚ ਓਕੇ ਟਾਟਾ ਬਾਏ ਬਾਏ